ਕਿਵੇਂ ਰਿਹਾ ਫਿਰ ਤੁਹਾਡਾ ਉਹ ਜੇਲ੍ਹ ਵਾਲਾ ਸਫ਼ਰ? ਹਾਂ, ਜੇਲ੍ਹ ਵਾਲਾ ਸਫ਼ਰ ਵਧੀਆ ਰਿਹਾ ਜੀ। ਸਫ਼ਰ ਕਦੇ ਕੋਈ ਮਾੜਾ ਨਹੀਂ ਹੁੰਦਾ ਜੇ ਕੁਝ ਸਿੱਖਣਾ ਹੋਵੇ ਤਾਂ। ਅਤੇ ਭਾਈ ਇਹਨੇ ਨਾਲ ਵੇਖਾਂ ਕਿ ਜੇਲ੍ਹ ਦੇ ਲੋਕ ਕਿੰਨੇ ਕੁ ਦੁਖੀ ਆ, ਕਿੰਨੇ ਕੁ ਸੌਖੇ ਆ। ਭਾਵੇਂ ਸਿੱਧੂ ਡੁਬਈ 'ਚੋਂ ਬੋਲਿਆ ਉਹਦਾ ਵੀ ਧੰਨਵਾਦ ਆ, ਲੱਖੇ ਸਧਾਨੇ ਦਾ ਵੀ ਧੰਨਵਾਦ ਆ। ਧੰਨਵਾਦ ਕਰੀ ਜਾਂਦਾ, ਇੱਕ ਵੀਡੀਓ ਆਉਂਦੀ ਹੈ ਤੇਰੀ ਬਾਈ, ਉਹ 'ਚ ਤੁਸੀਂ ਕਹੀ ਉਹਨੇ ਲੱਖੇ ਸਧਾਨੇ ਨੇ ਸਾਥ ਦਿੱਤਾ, ਇਹ ਕੀ ਗੱਲ ਕੀ ਆ ਇੱਥੇ? ਬਾਈ ਜੀ ਸਾਰਾ ਮੀਡੀਆ ਦਾ ਰੌਲਾ, ਜਦੋਂ ਕਲਿੱਪ ਕੱਟ ਕੇ ਲਾਊਗੀ ਨਾ ਉਦੋਂ ਕਲਿੱਪ ਦਾ ਬੜਾ ਰੌਲਾ। ਤੁਸੀਂ ਹੁਣੇ ਇੱਕ ਕਲਿੱਪ ਕੱਟ ਕੇ ਲਾ ਦਾ ਜੀ, ਅਗਲੇ ਨੇ ਪਹਿਲਾਂ ਇੰਟਰੋ ਟੂ ਸੁਣ ਲੈਣੀ ਵੀ ਆਹ ਕੀ ਹੋਇਆ, ਉਦੋਂ ਬਾਅਦ ਜਿਹੜੀ ਸਾਰੀ ਗੱਲ ਅਗਲੇ ਨੇ ਸੋਚਣਾ ਕਿਤੇ ਹੋਈ ਆ। ਇੱਕ ਲਿਖਣ ਬੋਲਣ 'ਤੇ ਬਹੁਤ ਜ਼ਿਆਦਾ ਉਹ ਹੁੰਦਾ, ਇਹ ਤਾਂ ਨਹੀਂ ਲਿਖੇ ਧਮਕੀ ਆ ਗਈ ਹੋਵੇ, ਪ੍ਰੈਸ਼ਰ ਪਾਤਾ ਹੋਵੇ, ਹੁਣ ਉਹਦੇ ਪੱਖ 'ਚ ਬੋਲਦੇ ਹੋ? ਮਹਾਰਾਜ ਧਮਕੀ ਤਾਂ, ਮੇਰੀ ਗੱਲ ਸੁਣੋ, ਸਰਕਾਰਾਂ ਕੋਲ ਤਾਂ ਬਹੁਤ ਸਾਰੀਆਂ ਪਾਵਰਾਂ, ਲੱਖੇ ਕੋਲ ਤਾਂ ਉਨੀ ਪਾਵਰ ਵੀ ਹੈ ਨੀਗੀ, ਧਮਕੀ ਤਾਂ ਉਹਨੇ ਕੀ ਦੇਣੀ ਆ? ਡਰਨ ਡਰਾਉਣ ਵਾਲੀ ਗੱਲ ਨਹੀਂ ਹੁੰਦੀ ਵੱਡੇ ਵੀਰ, ਠੰਡੇ ਦਿਮਾਗ ਨਾਲ ਬਹਿ ਕੇ ਸੋਚ ਕੇ ਜਦੋਂ ਫੋਨ ਵੇਖਿਆ ਉਦੋਂ ਮੈਂ ਸਾਰਾ ਕੁਝ ਪਤਾ ਕਰ ਲਿਆ। ਜਿਮਨੀ ਚੋਣਾਂ ਆ ਰਹੀਆਂ, ਵਿਸ਼ਵ ਦੀ ਫਿਰ ਤਿਆਰੀ ਕਰਦਾ ਫਿਰ ਦੋਵੇਂ ਐਮ ਐਲ ਏ ਵਾਲੀ? ਤਿਆਰੀ ਪੂਰੀ ਕਰਾਂਗੇ ਮਹਾਰਾਜ, ਗਿੱਦੜਬਾਹ ਤੇ ਉਹ ਘੁੰਮਣਾ ਸਾਰਾ ਹਲਕਾ। ਗਿੱਦੜਬਾਹ ਡਿਸਾਈਡ ਕਰ ਲਿਆ ਹੈ? ਗਿੱਦੜਬਾਹ ਵਧੀਆ ਹਲਕਾ, ਹਲਕਾ ਕਿਹੜਾ ਮਾੜਾ, ਨਾਲੇ ਨੇੜੇ ਰਹਿ ਗਿਆ ਮੈਨੂੰ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸੱਚ ਬਾਈ ਦੇ ਨਾਲ, ਮੈਂ ਰਣਜੀਤ ਗਿੱਲ। ਅੱਜ ਗੱਲਬਾਤ ਕਰਾਂਗੇ ਵਿਸ਼ਵ ਦੀ ਫਾਜ਼ਿਲਕਾ ਦੇ ਨਾਲ, ਜੋ ਲਗਾਤਾਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਚੱਕਦੇ ਰਹਿੰਦੇ ਨੇ, ਪਰ ਪਿਛਲੇ ਦਿਨੀ ਉਹ ਜੇਲ੍ਹ ਦੇ ਵਿੱਚ ਵੀ ਕੁਝ ਦਿਨ ਲਾ ਕੇ ਆਏ ਨੇ, ਤਾਂ ਹੁਣ ਬਾਹਰ ਆਏ ਨੇ। ਉੱਥੇ ਹੀ ਜੋ ਲੱਖੇ ਸਧਾਣੇ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਜੋ ਇੰਟਰਵਿਊ ਆਈਆਂ ਨੇ ਕੁਝ ਚੈਨਲਾਂ 'ਤੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਹੋਰ ਠੀਕ ਹੋ ਵਿਸ਼ਵਦੀਪ? ਬਸ ਸ਼ੁਕਰ ਹੈ ਜੀ, ਤੁਸੀਂ ਦੱਸੋ ਹੋਰ ਠੀਕ ਠਾਕ ਹੋ? ਹਾਂ ਵਧੀਆ। ਚਲੋ ਸ਼ੁਕਰ ਹੈ ਜੀ। ਬੜਾ ਕਿਵੇਂ ਰਿਹਾ ਫਿਰ ਤੁਹਾਡਾ ਉਹ ਜੇਲ੍ਹ ਵਾਲਾ ਸਫ਼ਰ? ਹਾਂ, ਜੇਲ੍ਹ ਵਾਲਾ ਸਫ਼ਰ ਵਧੀਆ ਰਿਹਾ ਜੀ। ਸਫ਼ਰ ਕਦੇ ਕੋਈ ਮਾੜਾ ਨਹੀਂ ਹੁੰਦਾ ਜੇ ਕੁਝ ਸਿੱਖਣਾ ਹੋਵੇ ਤਾਂ, ਅਤੇ ਜੇ ਕੁਝ ਸਿੱਖਣਾ ਨਹੀਂ ਤਾਂ ਫਿਰ ਜ਼ਿੰਦਗੀ, ਆਪਾਂ ਨੂੰ ਇੱਕ ਜ਼ਿੰਦਗੀ ਵੀ ਇੱਕ ਸਫ਼ਰ ਹੀ ਆ। ਅਤੇ ਇੱਕ ਕਹਾਵਤ ਆ, ਕੌਣ ਕਿਸੇ ਦੇ ਆਵੇ ਜਾਵੇ ਦਾਣਾ ਪਾਣੀ ਖਿੱਚ ਲਿਆਵੇ, ਅਤੇ ਜਿੱਥੇ ਜਿੱਥੇ ਪਰਮਾਤਮਾ ਨੇ ਦਾਣਾ ਪਾਣੀ ਸਿੱਟਿਆ ਉਹ ਚੁਗਣ ਚੁੱਕ ਕੇ ਆਏ ਹਾਂ। ਜਿਵੇਂ ਕਹਿ ਲਓ ਕੁਝ ਕੁ ਜਦੋਂ ਬੰਦਿਆਂ ਕੋਲ, ਜਿਵੇਂ ਕਹਿ ਲਓ ਭੁੱਖੇ ਬੰਦੇ ਨੂੰ ਕੌਲਾ ਥਿਆਇਆ, ਪਾਣੀ ਪੀ ਪੀ ਢਿੱਡ ਪਰ ਆਇਆ, ਕੰਮ ਇਹ ਆ ਵੀ ਜਦੋਂ ਹੁਣ ਬੰਦਿਆਂ ਨੂੰ ਕਿਹਾ ਨੂੰ ਐੱਮ ਐੱਲ ਏ ਦੀ ਚੋਣ ਥਿਆਈ ਆ, ਉਹਨਾਂ ਨੇ ਪਰਚੇ ਪਵਾ ਤੇ, ਅਤੇ ਭਾਈ ਇਹਨੇ ਨਾਲ ਵੇਖਾਂ ਕਿ ਜੇਲ੍ਹ ਦੇ ਲੋਕ ਕਿੰਨੇ ਕੁ ਦੁਖੀ ਆ, ਕਿੰਨੇ ਕੁ ਸੌਖੇ ਆ। ਕੁਝ ਬੜੇ ਜ਼ਿਆਦਾ ਵਿਚਾਰੇ ਜਿਹੜੇ ਝੂਠੇ ਫਸੇ ਹੋਏ ਆ, ਕੁਝ ਸੱਚੇ ਵੀ ਫਸੇ ਹੋਏ ਆ, ਪਰ ਝੂਠੇ ਸੱਚੇ ਫਸੇ ਆ ਉਹਨਾਂ ਵਾਸਤੇ ਰੋਟੀ ਬਹੁਤ ਜ਼ਿਆਦਾ ਮਾੜੀ ਆ। ਮੈਂ ਕਹਿੰਦਾ ਵੀ ਜੇ 2 ਮਿੰਟ ਰੋਟੀ ਨੂੰ ਰੱਖ ਦਿੱਗੇ ਅਤੇ ਉਹ ਰੋਟੀ ਜੇ ਚਲਾਵੀ ਮਾਰੀਏ ਤਾਂ ਜਿੱਥੇ ਵੱਜ ਗਈ, ਜਿੰਨੀ ਵੱਜੀ ਉਹਨੇ ਟਾਂਕੇ ਲੱਗਣੇ ਆ, ਜੇ ਇੰਨੀ ਵੱਜ ਗਈ ਇੰਨੇ ਟਾਂਕੇ ਲੱਗਣੇ ਆ, ਜੇ 2-3 ਵੱਜੇ ਫਿਰ 2-3 ਟਾਂਕੇ, ਜੇ 2 ਇੰਨੀ ਕੁ ਵੱਜ ਗਈ 2 ਟਾਂਕੇ ਲੱਗਣੇ ਆ। ਟਾਂਕੇ ਵਾਲੀ ਰੋਟੀ ਆ, ਮਤਲਬ ਇੱਕ ਬਲੇਡ ਦਾ ਕੰਮ ਕਰਦੀ ਉਹ ਰੋਟੀ। ਕਹਿੰਦੇ ਖੁਰਾਕ ਹੁੰਦੀ ਹੈ ਨਾ ਪਰਚੇ, ਲੀਡਰ ਤਾਂ ਹੁਣ ਤੁਸੀਂ ਬਣ ਗਏ ਨਾ। ਵੇਖੋ ਮਹਾਰਾਜ, ਇਹੋ ਜਿਹੀ ਖੁਰਾਕ ਤਾਂ ਰੱਬ ਵੈਰੀ ਦੁਸ਼ਮਣ ਨੂੰ ਨਾ ਦੇਵੇ, ਬਾਕੀ ਜੇਕਰ ਇਹ ਖੁਰਾਕ ਹੁੰਦੀ ਆ। ਪਰ ਸੱਚ ਤਾਂ ਵੱਡੇ ਬਾਈ ਜੀ, ਬਹੁਤ ਕੁਝ ਝੱਲਣਾ ਪੈਂਦੇ, ਤਾਂ ਕੁਛ ਵੀ ਨੀਗਾ। ਬਾਕੀ ਪਰਮਾਤਮਾ ਔਰ ਜਿਹੜੇ ਪੰਜਾਬ ਦੇ ਲੋਕ ਜਥੇਬੰਦੀਆਂ, ਨਿੰਗ ਜਥੇਬੰਦੀਆਂ, ਬਾਬਾ ਮੇਜਰ ਸਿੰਘ ਸੋਢੀ ਜੀ, ਜਿੰਨੇ ਵੀ ਮੀਡੀਆ ਚੈਨਲ, ਆਪਣੇ ਮਨਪ੍ਰੀਤ ਮੂਰ ਨਿਵਾਸੀ ਜੀ, ਸਾਰੇ ਜਿੰਨੇ ਦੀਪ ਦਸ਼ਾਨੰਦ ਜੀ, ਕਿਰਨਜੀਤ ਗਹਿਰੀ ਜੀ, ਬੜੇ ਸਾਰੇ, ਕਈਆਂ ਦੇ ਤਾਂ ਮੈਂ ਨਾਮ ਹੀ ਨਹੀਂ, ਜਿਹੜੇ ਕਹਿ ਲਓ ਨਾਮ ਹੈ ਕਿਵੇਂ ਗਿਣਾਵਾਂ, ਅਤੇ ਜਿਹੜੇ ਕਹਿ ਲਓ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਨਾਲ ਖੜ੍ਹੇ ਵਿਚਾਰੇ। ਭਾਵੇਂ ਸਿੱਧੂ ਡੁਬਈ 'ਚੋਂ ਬੋਲਿਆ ਉਹਦਾ ਵੀ ਧੰਨਵਾਦ ਆ, ਲੱਖੇ ਸਧਾਨੇ ਦਾ ਵੀ ਧੰਨਵਾਦ ਆ। ਹੁਣ ਧੰਨਵਾਦ ਕਰੀ ਜਾਂਦਾ, ਇੱਕ ਵੀਡੀਓ ਆਉਂਦੀ ਹੈ ਤੇਰੀ ਬਾਈ, ਉਹ 'ਚ ਤੁਸੀਂ ਕਹੀ ਉਹਨੇ ਲੱਖੇ ਸਧਾਨੇ ਨੇ ਸਾਥ ਦਿੱਤਾ, ਇਹ ਕੀ ਗੱਲ ਕੀ ਆ ਇੱਥੇ? ਬਾਈ ਜੀ ਸਾਰਾ ਮੀਡੀਆ ਦਾ ਰੌਲਾ, ਜਦੋਂ ਕਲਿੱਪ ਕੱਟ ਕੇ ਲਾਊਗੀ ਨਾ ਉਦੋਂ ਕਲਿੱਪ ਦਾ ਬੜਾ ਰੌਲਾ। ਤੁਸੀਂ ਹੁਣੇ ਇੱਕ ਕਲਿੱਪ ਕੱਟ ਕੇ ਲਾ ਦਾ ਜੀ, ਅਗਲੇ ਨੇ ਪਹਿਲਾਂ ਇੰਟਰੋ ਟੂ ਸੁਣ ਲੈਣੀ ਵੀ ਆਹ ਕੀ ਹੋਇਆ, ਉਦੋਂ ਬਾਅਦ ਜਿਹੜੀ ਸਾਰੀ ਗੱਲ ਅਗਲੇ ਨੇ ਸੋਚਣਾ ਕਿਤੇ ਹੋਈ ਆ। ਇੱਕ ਲਿਖਣ ਬੋਲਣ 'ਤੇ ਬਹੁਤ ਜ਼ਿਆਦਾ ਉਹ ਹੁੰਦਾ। ਹਾਂ, ਜਿਹੜੀ ਗੱਲ ਮੈਂ ਕਹੀ ਸੀ ਉਹ ਗੱਲ ਤੋਂ ਮੈਂ ਮੁੱਕਰਦਾ ਨੀਗਾ, ਮੈਂ ਕਹੀ ਆ ਕਿ ਭਾਈ ਮੇਰੇ ਸਾਥ ਨਹੀਂ ਖੜੇ। ਪਰ ਜਦੋਂ ਮੈਂ 2-3 ਦਿਨਾਂ ਬਾਅਦ ਫੋਨ ਫਰੋਲਦਾ ਅਤੇ ਕੁਝ ਬੰਦਿਆਂ ਤੋਂ ਮੈਨੂੰ ਫੋਨ ਆਉਂਦੇ, ਕੁਝ ਉਹਨਾਂ ਬੰਦਿਆਂ ਦੇ ਆਉਂਦੇ ਜਿਨ੍ਹਾਂ ਨੇ 10-10 ਗੱਡੀਆਂ ਲੈ ਕੇ ਆਉਣੀਆਂ ਸੀਗੀਆਂ,
ਤੇ ਜਿਨ੍ਹਾਂ ਨੂੰ ਲੱਖੇ ਸਧਾਣੇ ਨੇ ਫੋਨ ਕੀਤੇ ਸੀ ਵੀ ਹਾਂ ਭਾਈ, ਉਹ ਕਹਿੰਦੇ ਬਾਈ ਯਾਰ ਤੂੰ ਗਲਤ ਬੋਲ ਪਿਆ, ਵੀ ਸਾਡੀਆਂ ਤਿਆਰੀਆਂ ਸੀਗੀਆਂ ਅਤੇ ਆਸ ਅਸੀਂ ਆਉਣਾ ਸੀਗਾ ਅਤੇ ਪਿੰਡਾਂ ਦੇ ਵਿੱਚ ਤਾਂ ਅਲੋਸਮੈਂਟ ਕਰਵਾਈ ਸੀ, ਅਸੀਂ ਨੇੜੇ ਨੇੜੇ ਦੇ ਵੀ ਲੱਖਾਂ ਸਧਾਣਾ ਪਹੁੰਚ ਰਿਹਾ। ਅਤੇ ਬਾਕੀ ਹਾਂ, ਅਸਲੀ ਸਹੀ ਮੈਨੇ ਨਾਰਾਜ਼ਗੀ ਮੇਰੀ ਹੈਗੀ ਇਹ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਮੈਂ ਹੱਕ ਦੇ ਵਿੱਚ ਜਿੱਥੇ ਧਰਨਾ ਲਾਉਣ ਮੈਂ ਜਾਂਦਾ ਹੁੰਦਾ ਅਤੇ ਪਰ ਮੇਰੀ ਉਹਨਾਂ ਨੇ ਹੱਕ ਦੇ ਵਿੱਚ ਮਾੜਾ ਹਾਂ ਦਾ ਨਾਰਾ ਮਾਰਦੇ ਤਾਂ ਬਹੁਤ ਚੰਗਾ ਹੋਣਾ ਸੀ। ਕੁਝ ਕੁ ਜਥੇਬੰਦੀਆਂ ਆਈਆਂ ਕਿਸਾਨ ਜਥੇਬੰਦੀਆਂ ਅਤੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ, ਪਰ ਜਿਹੜੀ ਗੱਲ ਕਹੋ ਵੱਡੇ ਬਾਈ ਜੀ, ਪੰਜਾਬ ਦੇ ਜਦੋਂ ਮਸਲਿਆਂ ਚੱਲਦੇ ਆ ਭਰਾਵਾਂ ਨਾਲ ਸੌ ਆ, ਜਿੰਨੇ ਸਾਡੇ ਪੰਜਾਬ ਦੇ ਆਵਾਜ਼ ਚੱਕਦੇ ਆ ਚਾਹੇ ਉਹ SC BC ਜਰਨਲ ਕੋਈ ਹੋਵੇ, ਅਤੇ ਉਹ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ। ਮੇਨ ਮੁੱਦਾ ਆਪਣਾ ਪੰਜਾਬ ਦਾ, ਜੇ ਪੰਜਾਬ ਦੇ ਬਚਾਉਣ ਵਾਲੇ ਉਹੀ ਆਪਸ ਵਿੱਚ ਲੜੀ ਜਾਣ ਫਿਰ ਇਹ ਸਮਝ ਲਓ ਵੀ ਫਿਰ ਤਾਂ ਪਾਰਟੀਆਂ ਵਾਲਾ ਕੰਮ ਹੀ ਹੋ ਜਾਂਦਾ ਅਤੇ ਮੈਂ ਪਾਰਟੀ ਬਣਾ ਕੇ ਖੁਸ਼ ਨਹੀਂ ਹੁੰਦਾ। ਇਹ ਤਾਂ ਨਹੀਂ ਲਿਖੇ ਧਮਕੀ ਆ ਗਈ ਹੋਵੇ, ਪ੍ਰੈਸ਼ਰ ਪਾਤਾ ਹੋਵੇ, ਹੁਣ ਉਹਦੇ ਪੱਖ 'ਚ ਬੋਲਦੇ ਹੋ? ਮਹਾਰਾਜ ਧਮਕੀ ਤਾਂ ਮੇਰੀ ਗੱਲ ਸੁਣੋ, ਸਰਕਾਰਾਂ ਕੋਲ ਤਾਂ ਬਹੁਤ ਸਾਰੀਆਂ ਪਾਵਰਾਂ, ਲੱਖੇ ਕੋਲ ਤਾਂ ਉਨੀ ਪਾਵਰ ਵੀ ਹੈ ਨਹੀਂ ਗੀ, ਧਮਕੀ ਤਾਂ ਉਹਨੇ ਕੀ ਦੇਣੀ ਆ, ਧਮਕੀ ਤਾਂ ਉਹਨੇ ਕੀ ਦੇਣੀ ਆ, ਇਹ ਜੇ ਧਮਕੀਆਂ ਵਾਲੀ ਗੱਲ ਹੁੰਦੀ ਧਮਕੀ ਕਾਹਨੂੰ ਆਪਾਂ ਉਹ ਕਰਨੀ। ਮਹਾਰਾਜ ਸਰਕਾਰਾਂ ਦੇ ਮਸਲਿਆਂ 'ਤੇ ਬੋਲੀ ਜਾਂਦੇ ਰਹਿੰਦੇ ਹਾਂ, ਉਹਨਾਂ ਦੇ MLA ਨੇ ਪਰਚਾ ਪਵਾਤਾ ਅਤੇ ਧਮਕੀ ਤੋਂ ਤਾਂ ਆਪਾਂ ਜਿਹੜਾ ਕਹਿ ਲਓ ਡਰਨ ਡਰਾਉਣ ਵਾਲੀ ਗੱਲ ਨਹੀਂ ਹੁੰਦੀ ਵੱਡੇ ਵੀਰ, ਠੰਡੇ ਦਿਮਾਗ ਨਾਲ ਬਹਿ ਕੇ ਸੋਚ ਕੇ ਜਦੋਂ ਫੋਨ ਵੇਖਿਆ ਉਦੋਂ ਮੈਂ ਸਾਰਾ ਕੁਝ ਪਤਾ ਕਰ ਲਿਆ। ਬਾਕੀ ਮੈਂ ਜਿਹੜੀਆਂ SC ਜਥੇਬੰਦੀਆਂ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੀਆਂ ਨੇ ਪਹੁੰਚ ਕੇ ਚਲੋ ਬਾਹਰ ਕਢਾ ਲਿਆ। ਪਿੰਡ ਦਾ ਮਸਲਾ ਸੀ ਉਹ ਪਰਚਾ ਪਵਾਤਾ, ਕੁਝ ਕੁ ਬੰਦ ਪਿੰਡ ਦੇ ਬੰਦਿਆਂ ਨੇ ਵੀ ਨਹੀਂ ਸੋਚਿਆ ਵੀ ਪਿੰਡ 'ਚ ਬਹਿ ਕੇ ਨਿਬੇੜ ਲੈਂਦੇ ਹਾਂ, ਜਦੋਂ ਉਹਨਾਂ ਧਾਰਾਵਾਂ ਲਵਾ ਕੇ, ਕਿਉਂਕਿ ਉਹਨਾਂ ਦੀ ਲੀਡਰੀ ਠੰਡੀ ਪੈਂਦੀ ਸੀਗੀ, ਜਦੋਂ ਥਾਣੇ ਕਚਹਿਰੀ 'ਚ ਕੋਈ ਵੀ ਗਰੀਬ ਬੰਦਾ ਫਸਦਾ ਤਾਂ ਮੈਂ ਚੁੱਪ ਕਰਕੇ ਜਾ ਕੇ ਲੈ ਉਹਨਾਂ ਨੂੰ, ਉਹਨਾਂ ਦੀ ਪੰਜੀ ਤੱਕ ਨਹੀਂ ਲੱਗਦੀ। ਅਤੇ ਜਿਹੜਾ ਲੀਡਰ ਬੰਦ ਪਿੰਡ ਦੇ ਉੱਠਦੇ ਆ ਉਹਨਾਂ ਦੀ ਇਹ ਲੀਡਰੀ ਭੰਗ ਹੁੰਦੀ ਸੀ, ਉਹਨਾਂ ਨੇ ਲੀਡਰੀ ਬਚਾਉਣ ਦੇ ਮਾਰਿਆਂ ਨੇ ਆਖਿਆ ਚਲੋ ਵਿਸ਼ਵਦੀਪ ਨੂੰ ਅੰਦਰ ਤੁੰਨੀ ਹੈ। ਅਤੇ ਜਿੰਨਾਂ ਬੰਦਿਆਂ ਨੇ ਪਰਚਾ ਦਿੱਤਾ ਉਹਨਾਂ ਨਾਲ ਤਾਂ ਮੇਰੀ ਵਿਚਾਰਿਆਂ ਨਾਲ ਕੋਈ ਗੱਲਬਾਤ ਨਹੀਂ ਸੀ, ਜਿਹੜਾ ਉਹ ਰਜਿੰਦਰ ਜੈ ਸੀ ਉਹਨੂੰ ਵੀ ਇਹਨਾਂ ਰਾਜਨੀਤਿਕ ਬੰਦਿਆਂ ਨੇ ਵਰਤ ਲਿਆ, ਦਬਾਅ ਪਾਤਾ, ਅਤੇ ਉਹ ਦਬਾਅ ਜਦੋਂ ਪੈ ਜਾਓ ਉਦੋਂ ਸਭ ਕੁਛ ਹੋ ਜਾਂਦਾ ਹੁੰਦਾ। ਅਤੇ ਬਾਕੀ ਫਿੱਟੇ ਲਾਂਤ ਮੇਰੇ ਸੀ ਜਿਹੜਾ ਮੈਂ ਐਵੇਂ ਮੁੱਦਾ ਚੱਕ ਲਿਆ ਪੰਚਾਇਤ, ਬਾਕੀ ਬਈ ਧੱਕਾ ਧੱਕਾ ਹੀ ਹੁੰਦਾ, ਇਹ ਤੁਸੀਂ ਗੱਲ ਮੰਨੋ ਧੱਕਾ ਧੱਕਾ ਹੀ ਹੁੰਦਾ। ਧੱਕਾ ਜੇ ਉਹਨਾਂ ਨੇ ਇੱਕ ਕਰਤਾ ਵੀ ਭਾਈ ਬੋਲੀ ਨਹੀਂ ਹੋਈ, ਸਬੂਤ ਮੇਰੇ ਕੋਲ ਸਾਰੇ ਪਏ, ਉਹਨਾਂ ਨੇ ਕਹਿੰਦਾ 29 ਤਰੀਕ ਦੀ ਅਤੇ ਮੇਰੇ ਕੋਲ ਰਿਕਾਰਡਿੰਗ ਇਹ ਪਈਆਂ, ਵੀਡੀਓ ਇਹ ਪਈਆਂ ਵੀ 9 ਤਰੀਕ ਦੀ ਬੋਲੀ ਆ ਇਹ ਜੀ। ਮੈਂ ਕਿਹਾ ਤੁਸੀਂ ਮੈਨੂੰ ਖੱਜਲ ਖਵਾਰ ਤਾਂ ਨਾ ਕਰੋ, ਤੁਸੀਂ ਸਿੱਧਾ ਕਹਿ ਦਿਓ ਬਈ ਜਿਸ ਕੀ ਲਾਠੀ ਉਸ ਕੀ ਭੈਂਸ, ਮੈਂ ਕਿਹਾ ਮੈਂ ਚੁੱਪ ਕਰ ਜਾ, ਪਰ ਤੁਸੀਂ ਮੈਨੂੰ ਗੱਦੀ ਗੇੜ ਪਾਈ ਖੜੇ ਆ। ਇਸ ਮਸਲੇ ਨੂੰ ਲੈ ਕੇ ਉਹਨਾਂ ਦੀ ਲੀਡਰੀ ਭੰਗ ਹੁੰਦੀ ਸੀਗੀ ਜਦੋਂ ਜੇ ਬੋਲੀ ਹੁੰਦੀ ਸੀ ਤਾਂ, ਅਤੇ ਅਗਲੇ ਨੇ ਉਹ ਕਰਤਾ ਫਿਰ ਬਾਈ ਜਦੋਂ ਅੰਦਰ ਜਾਂਦੇ ਰਹੇ ਫਿਰ ਆਪਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਬੰਦੇ ਨੂੰ ਵੀ, ਫਿਰ ਜਿਹੜਾ ਕੁਛ ਆਪਾਂ ਕਰ ਸਕਦੇ ਸੀ ਉਹ ਆਪਾਂ ਕੀਤਾ। ਉਹ ਜਿਵੇਂ ਕਹਿ ਲਓ ਨਾ ਵੀ ਉਹ ਜਿਹੜਾ ਜਵਾਕ ਹੁੰਦਾ ਉਹ ਤਾਂ ਰੌਲਾ ਹੀ ਪਾ ਸਕਦਾ ਹੁੰਦਾ ਜਾਂ ਕੋਈ ਗਾਲਾਂ ਕੱਢ ਸਕਦਾ ਹੁੰਦਾ, ਅਤੇ ਅੱਗੋਂ ਜਿਹੜਾ ਵੱਡਾ ਹੁੰਦਾ ਉਹਦੇ ਕੋਲ ਪਾਵਰ ਹੁੰਦੀ ਆ ਉਹ ਕੁੱਟ ਸਕਦਾ ਹੁੰਦਾ। ਇਹਨਾਂ ਕੋਲ ਪਾਵਰ ਸੀ ਕੁੱਟਣ ਵਾਲੀ ਵੀ ਸੀਗੀ ਅਤੇ ਇਹਨਾਂ ਕੋਲ ਜੇਲ੍ਹਾਂ 'ਚ ਭੇਜਣ ਵਾਲੀ ਵੀ ਸੀ, ਆਪਣੇ ਕੋਲ ਰੌਲਾ ਪਾਉਣ ਵਾਲੀ ਸੀ, ਆਪਾਂ ਰੌਲਾ ਪਾ ਲਿਆ। ਅਤੇ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਵਿਚਾਰੇ ਹੱਕ 'ਚ ਖੜ ਗਏ। ਕੋਈ ਦਬਾਅ ਤਾਂ ਨਹੀਂ ਪਾਇਆ ਪਾਰਟੀ ਨੇ ਵੀ ਇੱਧਰ ਆ ਜਾ ਵਿਸ਼ਵਦੀਪ, ਸਾਡੇ ਬੜਾ ਬੋਲਦੇ ਆ, ਬੜੇ ਮੁੱਦੇ ਚੱਕਦਾ, ਇੱਧਰ ਚਲਾ ਲੈਂਦੇ ਹਾਂ ਕੰਮ ਆਪਾਂ? ਵੇਖੋ ਜੀ, ਦਬਾਅ ਨਹੀਂ ਪਾਉਂਦੀਆਂ ਹੁੰਦੀਆਂ ਪਾਰਟੀਆਂ, ਇਹ ਸਾਮਧਾਮ ਡੰਡ ਭੇਦ ਲਾਉਂਦੀਆਂ ਹੁੰਦੀਆਂ, ਔਰ ਨਾ ਹੀ ਸਾਮਧਾਮ ਡੰਡ ਭੇੜ ਦੇ ਵਿੱਚ ਮੈਂ ਜਾਵਾਂ। ਹਾਂ, ਚੰਨੀ ਜੀ ਦਾ ਮੈਂ ਧੰਨਵਾਦ ਕਰਦਾ, ਮੇਰੀ ਰਿਮਾਂਡ ਮੰਗਦੇ ਸੀਗੇ ਅਤੇ ਨਹੀਂ ਤਾਂ ਮੈਨੂੰ CS ਸਟਾਫ ਨੇ ਲੈ ਜਾਣਾ ਸੀ। ਉਹ ਚਰਨਜੀਤ ਚੰਨੀ ਜੀ ਨੇ ਸ਼ੇਰ ਸਿੰਘ ਘਬਾਏ ਦੀ ਡਿਊਟੀ ਲਵਾ ਕੇ ਅਤੇ ਉਹਨਾਂ ਨੇ ਵਕੀਲ ਭੇਜਤਾ, ਉਹ ਕਹਿੰਦੇ ਯਾਰ ਬੰਦਾ ਵੀ ਗੱਲ ਕਰਨ ਵਾਲਾ ਚੰਗਾ ਬੰਦਾ, ਤੁਸੀਂ ਉਹ ਕਰੋ। ਵਕੀਲ ਆ ਗਿਆ, ਸਾਡੀ ਰਿਮਾਂਡ ਕੈਂਸਲ ਹੋ ਗਈ, ਉਹ ਕੁੱਟ ਮਾਰ ਤੋਂ ਬਚ ਗਏ ਵੀ, ਬਹੁਤ ਵਧੀਆ ਹੋ ਗਿਆ। ਅਤੇ ਬਾਕੀ ਵੱਡੇ ਵੀਰ ਕੋਈ ਆਪਾਂ ਐਡੇ ਗੈਂਗਸਟਰ ਤਾਂ ਹੈ ਨਹੀਂ ਸੀ ਜਿਹੜਾ ਕੋਈ ਉਹ MLA ਦਵਾਈ ਜਾਂਦਾ ਸੀ ਰਿਮਾਂਡਾਂ ਵੀ ਇਹਨੂੰ ਕੁੱਟੋ, ਐਂ ਕਰੋ, ਫਲਾਨਾ ਕਰੋ, ਟਿਉਂਕਾ ਕਰੋ। ਬਾਕੀ ਮੈਂ ਤਾਂ ਇਹੀ ਕਹਿੰਦਾ ਜਿਹੜਾ ਜ਼ੋਰ ਮੇਰੇ ਵਰਗਿਆਂ 'ਤੇ ਲਾਉਂਦੇ ਹੋ ਇਹੀ ਪੰਜਾਬ ਦੇ ਮਸਲੇ ਹੱਲ ਕਰ ਦੇਣ, ਅਤੇ ਮੇਰੇ ਵਰਗੇ ਬੰਦੇ ਜਿਹੜਾ ਕਹਿ ਲਓ ਪੰਜਾਬ ਦੇ ਵਿੱਚ ਦਿਖਣਗੇ ਨਹੀਂ, ਜਦੋਂ ਕੰਮ ਹੀ ਹੋ ਗਏ, ਜਦੋਂ ਹੱਲ ਹੀ ਹੋ ਗਏ
ਤਾਂ ਜੇ ਮੰਨ ਲਓ ਅੱਜ ਪੰਜਾਬ 'ਚ ਕੰਮ ਚੰਗੇ ਹੋਈ ਜਾਂਦੇ ਹੁੰਦੇ, ਤੁਹਾਡੇ ਹੱਥ 'ਚ ਮੈਕ ਨਹੀਂ ਹੋਣਾ ਸੀ, ਤੁਹਾਡੇ ਹੱਥ 'ਚ ਕਹੀ ਹੋਣੀ ਸੀ, ਤੁਸੀਂ ਆਪਦਾ ਕੰਮ ਕਰਨਾ ਸੀ, ਜਾਂ ਤੁਹਾਡੇ ਹੱਥ 'ਚ ਪੈੱਨ ਹੋਣਾ ਸੀ, ਬਾਈ ਦੇ ਹੱਥ 'ਚ ਕੈਮਰੇ ਥਾਂ 'ਤੇ ਜਾਂ ਪੈੱਨ ਹੋਣਾ ਸੀ ਜਾਂ ਕਾਪੀ ਹੋਣੀ ਸੀ, ਹਾਂ ਭਾਈ ਪੰਜਾਬ ਦੇ ਤਾਂ ਮਸਲੇ ਸਹੀ ਹੋਈ ਜਾਂਦੇ ਆ, ਉਦੋਂ ਬੰਦਾ ਅੱਕ ਚੱਪਦਾ ਹਰ ਕੋਈ। ਅਤੇ ਜਿਹੜਾ ਕਹਿ ਲਓ ਪੰਜਾਬ ਦੇ ਮਸਲਿਆਂ 'ਤੇ, ਮੈਂ ਤਾਂ ਕਹੂੰਗਾ ਪੰਜਾਬ ਦੇ ਬੰਦਿਆਂ ਨੂੰ ਗੱਲ ਕਰਨੀ ਚਾਹੀਦੀ ਆ, ਜਿੰਨੇ MLA MP ਬਣਦੇ ਉਹ ਸਾਰੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ। ਲੋਕ ਤਾਂ ਮਰਦੇ ਫਿਰਦੇ ਆ, ਲੋਕਾਂ ਕੋਲ ਸਿਹਤ ਸਿੱਖਿਆ ਰੁਜ਼ਗਾਰ ਹੈ ਨਹੀਂ, ਹੋਸਪਿਟਲਾਂ 'ਚ ਲੋਕ ਤਬਾਹ ਹੋਈ ਜਾਂਦੇ ਆ, ਪੰਜਾਬ ਚਿੱਟੇ 'ਚ ਤਬਾਹ ਹੋਈ ਜਾਂਦਾ, ਆ ਜਲਾਲਾਬਾਦ ਹਲਕਾ ਚਿੱਟੇ 'ਚ ਤਬਾਹ ਹੋਈ ਜਾਂਦਾ। ਇੱਥੇ ਜ਼ੋਰ ਲਾਓ ਨਾ ਤੁਸੀਂ ਜਿੱਥੇ ਜ਼ੋਰ ਲਾਉਣ ਵਾਲਾ ਬੰਦਾ, ਐਵੇਂ ਕਿਸੇ ਨੂੰ ਅੰਦਰ ਕਰਵਾਉਣ 'ਚ ਜ਼ੋਰ ਨਾ ਲਾਉਣ। ਹਰ ਪਿੰਡ ਦੇ ਵਿੱਚ ਗੋਲਡੀ ਕੰਬੋਜ ਦੇ ਮਤਲਬ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਆ, 30-30 ਵਰਕਰ ਬੈਠੇ ਆ, ਉਹੀ 30-30 ਵਰਕਰ ਚਾਹੁਣ ਤਾਂ ਪਿੰਡਾਂ ਦੇ ਵਿੱਚੋਂ ਚਿੱਟਾ ਖਤਮ ਕਰਾ ਸਕਦੇ ਆ, ਪਰ ਉਹ ਚਿੱਟਾ ਖਤਮ ਨਹੀਂ ਕਰਾਉਂਦੇ, ਉਲਟਾ ਆਪ ਧੱਕੇ ਕਰਦੇ ਆ, ਕਰਾਉਂਦੇ ਆ, ਪਰਚੇ ਕਰਾਉਂਦੇ ਆ, ਇਹਦੇ ਨਾਲ ਫਿਰ ਵੋਟਾਂ ਨਹੀਂ, ਇਹਦੇ ਨਾਲ ਹਾਰਾਂ ਮਿਲਦੀਆਂ ਹੁੰਦੀਆਂ, ਅਤੇ 2027 ਦੇ ਵਿੱਚ ਹਾਰ ਪੱਲੇ ਪੈ ਜਾਣੀਆਂ, ਜੇਬ 'ਚ ਹੀ ਪਈ ਆ ਸਮਝ ਲਓ। ਪਰਚਾ ਕੈਂਸਲ ਹੋ ਗਿਆ ਕਿ ਕੀ ਉਹਦਾ ਕੰਡੀਸ਼ਨ ਕੀ ਹੈ? ਹਲੇ ਜੀ ਕੈਂਸਲੇਸ਼ਨ ਪਾਈ ਆ, ਹਲੇ ਵੇਖੋ ਵੀ ਕੀ ਬਣਦਾ ਕੀ ਨਹੀਂ ਬਣਦਾ, ਬਾਕੀ ਵੇਖੋ ਪਰਮਾਤਮਾ ਵੱਲੋਂ। ਬਾਕੀ ਜਿਵੇਂ ਕਹਿ ਲਓ ਵੀ ਆਪਣਾ ਕਿਸੇ ਨਾਲ ਵੈਰ ਨਹੀਂ, ਆਪਣੀ ਕਿਸੇ ਨਾਲ ਦੋਸਤੀ ਕੋਈ ਦੁਸ਼ਮਣੀ ਨਹੀਂ, ਅੱਗੋਂ ਭਾਈ ਅਗਲਿਆਂ ਦੀ ਮਰਜ਼ੀ ਆ, ਨਾ ਮੈਂ ਪਰਚੇ ਖੇਡਣਾ ਚਾਹੁੰਦਾ, ਕਿਉਂਕਿ ਇੱਕ ਮੈਨੂੰ ਹਾਰਿਆ ਹੋਇਆ ਬੰਦਾ ਵੇਖ ਲੈਂਦੇ ਆ, ਪਰ ਯਾਦ ਰੱਖੋ ਉਹ ਵੀ ਡੇਟ ਦੂਰ ਨਹੀਂ ਗਈ ਜਿਸ ਦਿਨ ਜਿੱਤ ਜਾਵਾਂਗੇ, ਅਤੇ ਮੈਂ ਕੋਈ ਹਾਰ ਜਿਹੜਾ ਕੋਈ ਮੇਰੇ ਕਹਿ ਮੈਂ ਪਰਚਿਆਂ ਦੀ ਰਾਜਨੀਤੀ ਨਹੀਂ ਖੇਡਣਾ ਚਾਹੁੰਦਾ। ਜੇ ਰਾਜਨੀਤੀ ਖੇਡਣੀ ਆ ਪੰਜਾਬ ਨੂੰ ਬਚਾਉਣ ਵਾਲੀ, ਖੇਡੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇ। ਤੁਸੀਂ ਉਹਨਾਂ ਮਰੀਜ਼ਾਂ ਨੂੰ ਬਚਾਓ ਜਿਹੜੇ 2-2 ਸਾਲ, 3-3 ਸਾਲ, 5-5 ਸਾਲ, 10-10 ਸਾਲ ਹੋ ਗਏ ਮੰਜੇ 'ਤੇ ਪਿਆ ਨੂੰ, ਕੋਈ ਰੀੜ੍ਹ ਦੀ ਹੱਡੀ ਦਾ ਮਰੀਜ਼ ਪਿਆ, ਕੋਈ ਕਿਸੇ ਚੀਜ਼ ਦਾ ਮਰੀਜ਼ ਪਿਆ, ਉਹ ਤਾਂ NGO ਕੰਮ ਕਰ ਰਹੀਆਂ, ਕਿਸੇ ਤੋਂ ਫੰਡ ਮੰਗਵਾ ਲਿਆ ਜਾਂ ਕੁਛ, ਉਹ NGO ਕਰ ਰਹੀਆਂ, ਅਤੇ ਸਰਕਾਰ ਉੱਥੇ ਕੀ ਕਰ ਰਹੀ ਹੈ, ਸਿਹਤ ਡਿਪਾਰਟਮੈਂਟ ਕੀ ਕਰ ਰਿਹਾ ਉੱਥੇ, ਜਿਹੜਾ ਕਹਿ ਲਓ ਸਿੱਖਿਆ ਦਾ ਨਾਸ਼ ਹੋਇਆ ਪਿਆ, ਨਾਸ਼ ਕਿਵੇਂ ਹੋਇਆ ਪਿਆ ਕਿ MLA MPਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ, ਛਪਾਈ ਤੋਂ ਲੈ ਕੇ DC ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ, ਤਾਂ ਫਿਰ ਸਰਕਾਰੀ ਸਕੂਲਾਂ 'ਚ ਤਾਂ ਗਰੀਬ ਤਬਕੇ ਦੇ ਬੱਚੇ ਪੜ੍ਹਦੇ ਆ, ਚਾਹੇ ਉਹ SC BC ਜਰਨਲ ਕੋਈ ਹੋਵੇ, ਤਾਂ ਫਿਰ ਸਿੱਖਿਆ ਮੰਤਰੀ ਕੀ ਕਰ ਰਿਹਾ, ਸਿੱਖਿਆ ਮੰਤਰੀ ਦਾ ਕੀ ਕੰਮ ਰਹਿ ਗਿਆ? ਜਿਹੜਾ ਕਹਿ ਲਓ ਵੀ ਇੱਥੇ ਨਸ਼ੇ ਦੇ ਨਾਲ ਤਬਾਹ ਹੋ ਗਿਆ ਪੰਜਾਬ ਦੇ ਵਿੱਚ, ਲੁੱਟਾਂ ਖੋਹਾਂ ਵੱਧ ਗਈਆਂ, ਪੰਜਾਬ ਨੂੰ UP ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਦੇਸ਼ ਦੇ ਵਿੱਚ, ਤਾਂ ਫਿਰ ਗ੍ਰਹਿ ਮੰਤਰੀ ਦਾ ਕੀ ਕੰਮ ਰਹਿ ਗਿਆ? ਮੇਰੇ ਅੱਗੇ ਦੇ ਪਰਚੇ ਪਵਾਉਣੇ, ਮੇਰੇ ਅੱਗੇ ਤਾਂ ਆਹ ਕਰਨੇ? ਇੱਥੇ ਭਾਈ ਸਾਹਿਬ ਆਪਾਂ ਨੂੰ ਪੰਜਾਬ ਵਾਸਤੇ ਸੋਚਣਾ ਚਾਹੀਦਾ, ਨਾ ਕਿ ਕੋਈ ਵਿਸ਼ਵ ਦੀ ਵਰਗਾ ਬੋਲਦਾ ਉਹਨੂੰ ਫਸਾਓ, ਧਰਨੇ ਲਗਵਾਓ, ਲੋਕਾਂ ਨੂੰ ਖੱਜਲ ਖਰਾਬ ਕਰੋ, ਇਹ ਕੰਮ ਨਹੀਂ ਇਹਨਾਂ ਨੂੰ ਚਾਹੀਦੇ। ਇਹ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ, ਜਿਵੇਂ ਮੀਡੀਆ ਦਾ ਕੰਮ ਹੁੰਦਾ ਲੋਕਾਂ ਸਾਹਮਣੇ ਗੱਲ ਪਹੁੰਚਾਉਣੀ, ਉਹੀ ਗੱਲ ਮੈਂ ਬੜੇ ਸਾਰੇ ਮੀਡੀਆ ਚੈਨਲਾਂ ਨਾਲ ਵੀ ਕਿਹਾ ਵੀ ਭਾਈ ਸਾਹਿਬ ਤੁਸੀਂ ਵੀ ਇੱਕ ਵਾਰੀ ਗਰਾਊਂਡ ਲੈਵਲ 'ਤੇ ਵੇਖੋਗੇ ਨਾ ਵੀ ਕੀ ਹੋ ਰਿਹਾ ਲੋਕਾਂ ਨਾਲ, ਤੁਸੀਂ ਗਰਾਊਂਡ ਲੈਵਲ 'ਤੇ ਫਿਰਦੀ ਆ, ਤੁਹਾਨੂੰ ਚੰਗੀ ਤਰ੍ਹਾਂ ਪਤਾ ਜੀ। ਤੁਹਾਡਾ ਸਵਾਲ ਕੋਈ? ਹਾਂ, ਅੱਗੇ ਮੇਰਾ ਇਹੀ ਸਵਾਲ ਸੀਗਾ, ਮੁੱਖ ਮੰਤਰੀ ਮਾਨ ਨਾਲ ਵੀ ਗੱਲ ਹੋਈ ਆ, ਸੁਣਿਆ ਕੋਈ ਫੋਨ ਫਾਨ ਵੀ ਆਇਆ? ਫੋਨ ਆਇਆ ਸੀਗਾ, ਜਦੋਂ ਮੈਂ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਧੰਨਵਾਦ ਕਰਦਾ, ਬਾਬੇ ਮੇਜਰ ਸਿੰਘ ਸੋਢੀ ਜੀ ਦਾ, ਸਾਰੇ ਨਿਹੰਗ ਜਥੇਬੰਦੀਆਂ ਦਾ, ਸਾਰਿਆਂ ਦਾ ਧੰਨਵਾਦ ਕਰਦਾ, ਜਾਂ ਦੀਪ ਦਸ਼ਨਾ ਜੀ, ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਗੱਲ ਚੱਕੀ। ਜਦੋਂ ਗੱਲ ਚੱਕੀ ਤਾਂ ਉਦੋਂ ਭਾਈ ਮੇਰੀ ਮਾਤਾ ਦੀ ਵੀਡੀਓ ਰੋਂਦੀ ਕਰਲਾਉਂਦੀ ਦੀ ਵਿਚਾਰੀ ਦੀ ਵੀਡੀਓ ਆ, ਉਹ ਇੱਥੋਂ ਸਮਰਾਟ ਬੱਤਰਾ ਫਾਈਲ ਕਰ ਉਹਦੇ ਕੋਲ ਪਹੁੰਚੀ, ਉਹਨੇ ਅਮਰਜੀਤ ਉਦੋ ਵਾਲੀਆਂ ਨਾਲ ਗੱਲ ਕੀਤੀ, ਜਦੋਂ ਇੰਨੀ ਗੱਲ ਹੋਈ ਇਹਨਾਂ ਨੇ ਵੀ ਆਪਦਾ ਜ਼ੋਰ ਲਾਇਆ, ਪਰਚੇ ਨੂੰ ਕੈਂਸਲੇਸ਼ਨ ਕਰ ਮਤਲਬ ਉਹ ਕੀਤਾ। ਫਿਰ ਉਸ ਤੋਂ ਬਾਅਦ ਉਹ ਮੇਰੀ ਜਿਸ ਦਿਨ ਮੈਂ ਬਾਹਰ ਆਉਣਾ, ਉਦੋਂ ਦੂਜੇ ਤੀਜੇ ਦਿਨ ਮੇਰੀ ਫੋਨ 'ਤੇ ਗੱਲ ਕਰਾਉਂਦੇ ਆ, ਉਹ ਕਹਿੰਦੇ ਗੱਲ ਕਰਿਆ ਜੇ, ਅਤੇ ਉਹ ਕਹਿੰਦੇ ਵੀ ਸੀਮ ਸਾਹਿਬ ਨਾਲ ਗੱਲ ਕਰੋ, ਗੱਲ ਕੀਤੀ, ਕੁਝ ਕੁ ਸਕਿੰਟ ਗੱਲ ਹੋਈ ਆ, ਉਹ ਕਹਿੰਦੇ ਬਈ ਜੇ ਪਰਚਾ ਝੂਠਾ ਸੀ ਅਸੀਂ, ਅਤੇ ਪਰਚਾ ਸੀ ਉਹ ਆਪਦੇ MLA ਨੂੰ ਪਿੱਛੇ ਸਿੱਟ ਕੇ ਤੇਰਾ ਪਰਚਾ ਕੈਂਸਲ ਕੀਤਾ, ਅਤੇ ਪਰ ਜਿਹੜਾ ਉਹ ਜਿਹੜਾ ਪਰਚਾ ਸੀਗਾ ਉਹਦੇ ਸਾਨੂੰ ਪਤਾ ਲੱਗਿਆ ਵੀ MLA ਦੇ PA ਵੱਲੋਂ ਕਰਾਇਆ ਗਿਆ, ਅਤੇ ਉਹ ਕਹਿੰਦੇ ਫਿਰ ਮੈਂ ਤਾਂ ਧੰਨਵਾਦ ਹੀ ਕਰ ਸਕਦਾ, ਮੈਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਇੱਕ ਧੰਨਵਾਦ ਸ਼ਬਦ ਉਹ ਹੁੰਦਾ ਜਦੋਂ ਆਪਾਂ ਕਿਸੇ ਨੂੰ ਧੰਨਵਾਦ ਕਹਿੰਦੇ ਹਾਂ, ਮੰਨ ਲਓ ਤੁਸੀਂ ਮੇਰੇ ਕੋਲ ਆਏ ਹੋ,
ਪਿੰਡ ਤੋਂ ਆ ਕੇ ਆਪਾਂ 2-3 ਕਿਲੋਮੀਟਰ ਆ ਕੇ ਇੱਥੇ ਲੋਕੇਸ਼ਨ ਪਾ ਲਈ, ਕੋਈ ਛਾਵੇਂ ਖੜ ਜਾਈਏ ਵੀ ਤੋਂ ਗਰਮੀ ਬਾਹਲੀ ਆ। ਹੁਣ ਤੁਸੀਂ ਇੱਥੇ ਜਿਹੜੀ ਕਹਿ ਲਓ ਕੁੱਤੇ ਕਪਾਈ ਗੱਲ ਹੀ ਹੋ ਜਾਂਦੀ, ਕੁੱਤੇ ਕਪਾਈ ਵਾਲੀ ਵੀ ਉਹ ਆਏ ਆਪਾਂ ਕਿੱਥੇ ਦੀ ਕਿੱਥੇ ਆਏ, ਇਹ ਗੱਲ ਗਲਤ ਆ ਬਾਈ ਜੀ, ਕੋਈ ਗੱਲ ਝੂਠ। ਹਾਂ, ਅਤੇ ਜਿਹੜੀ ਕੁੱਤੇ ਕਪਾਏ ਆਪਾਂ ਜਿਹੜੀ ਕਹਿੰਦੇ ਗੱਲ, ਇਹ ਸ਼ਬਦ ਹੀ ਬੜਾ ਵੱਡਾ ਉਹ ਚੰਡੀਗੜ੍ਹ ਤੋਂ ਨਿਕਲਦਾ ਹੀ ਨਹੀਂ ਮੂੰਹ ਦੇ ਵਿੱਚੋਂ ਕਹਿਣੀ, ਅਤੇ ਕੁੱਤੇ ਪਕਾਈ ਜਿਹੜੀ ਗੱਲ ਆਪਾਂ ਕਹਿੰਦੇ ਹਾਂ, ਅਤੇ ਇਹ ਆਪਣੇ ਇੱਥੇ ਆ ਕੇ ਆਪਾਂ ਖੜ੍ਹੇ ਹਾਂ, ਹੁਣ ਕੋਈ ਸ਼ਬਦ ਹੈ ਨਹੀਂ। ਉਹ ਤਾਂ ਚੱਚੇ 'ਤੇ ਗਲਾਰੀ ਜਾਂਦੀ ਹੈ ਅਤੇ ਕੱਕੇ 'ਤੇ ਗਲਾਰੀ ਜਾਂਦੀ। ਚਲੋ ਆਹੋ, ਚਲੋ ਕੋਈ ਗੱਲ ਨਹੀਂ। ਔਰ ਗੱਲ ਇਸ ਤਰ੍ਹਾਂ ਦੀ ਆ ਗਈ ਆ ਕਿ ਹੁਣ ਮੈਂ ਹੋਰ ਤੁਹਾਨੂੰ ਕੁਛ ਨਹੀਂ ਦੇ ਸਕਦਾ, ਮੈਂ ਸਿਰਫ ਹੱਥ ਜੋੜ ਕੇ ਇਹ ਕਹਿ ਸਕਦਾ ਵੀ ਧੰਨਵਾਦ। ਇਹ ਜਦੋਂ ਕੋਈ ਬੰਦਾ ਧੰਨਵਾਦ ਦੀ ਕੋਈ ਫਰੋਲੂਗਾ ਨਾ ਵੀ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਇਹੀ ਹੋਊਗਾ ਵੀ ਤੁਹਾਡਾ ਅਸੀਂ ਦੇਣਾ ਨਹੀਂ ਦੇ ਸਕਦੇ, ਬਸ ਸਾਡੇ ਕੋਲ ਇੱਕ ਸ਼ਬਦ ਆ ਧੰਨਵਾਦ ਕਹਿਤਾ, ਇਸੇ ਨੂੰ ਸਭ ਤੋਂ ਵੱਡਾ ਮੰਨੋ। ਜੇ ਆਪਾਂ ਧੰਨਵਾਦ ਹੀ ਕੀਤਾ ਸਾਰਿਆਂ ਦਾ ਵੀ ਬਾਈ ਤੁਹਾਡਾ ਬਹੁਤ ਧੰਨਵਾਦ ਆ, ਹੋਰ ਤੁਹਾਡਾ ਦੇਣਾ ਤਾਂ ਦੇ ਨਹੀਂ ਸਕਦੇ। ਔਰ ਜਿਹੜੀ ਕਹਿ ਲਓ ਬਾਈ ਲੜਾਈ ਹੈ, ਮੈਂ ਵੀ ਲੋਕਾਂ ਦੀ ਲੜਦਾ ਫਿਰਦਾ ਨਹੀਂ, ਮੈਂ ਵੀ ਚੁੱਪ ਕਰਕੇ ਕਿਸੇ ਜਿਵੇਂ ਕਹਿ ਲਓ ਨਾ ਉਹ ਬੰਦਿਆਂ ਨੂੰ ਪਾਰਟੀਆਂ ਨੂੰ ਤਾਂ ਭੌਂਕਣ ਵਾਲੇ ਕੁੱਤਿਆਂ ਦੀ ਲੋੜ ਹੁੰਦੀ, ਕੋਈ ਨਸਲਾਂ ਦੇ ਜਿਹੜੇ ਕੁੱਤੇ ਹੁੰਦੇ ਆ ਜਾ ਬੁਰਕੀ ਪਾਈ ਤਾਂ ਅੱਗੇ ਹੀ ਨਸਲਾਂ ਦੇ ਕੁੱਤਿਆਂ ਦੀਆਂ ਬੋਲੀਆਂ ਲੱਗਦੀਆਂ, ਅਤੇ ਨਹੀਂ ਮੈਂ ਕਦੋਂ ਦਾ ਪਾਰਟੀ 'ਚ ਹੁੰਦਾ। ਆਪਾਂ ਵੀ ਭਾਈ 6-7 ਸਾਲ ਹੋ ਗਏ ਰੌਲਾ ਪਾਈ ਜਾਂਦੇ ਹਾਂ, ਲੋਕ ਲਾ ਕੇ ਮਜ਼ਾਕ ਕਰਦੇ ਆ, ਲੋਕ ਗਲਤ ਬੋਲਦੇ, ਆਪਾਂ ਫਿਰ ਵੀ ਤੁਰੇ ਫਿਰਦੇ ਹਾਂ, ਕਿਉਂਕਿ ਉਹਨਾਂ ਦੀ ਸੋਚਣੀ ਆ। ਜਿਹੋ ਜਿਹੀਆਂ ਐਨਕਾਂ ਲੱਗੀਆਂ, ਮੰਨ ਲਓ ਤੁਹਾਡੇ ਪੰਜਾਬ ਬਚਾਉਣ ਵਾਲੀਆਂ ਐਨਕਾਂ ਲੱਗੀਆਂ, ਤਾਂ ਜਿਹੜਾ ਬੰਦਾ ਪੰਜਾਬ ਨੂੰ ਤਬਾਹ ਵੀ ਕਰਨ 'ਤੇ ਲੱਗਾ ਹੋਇਆ ਅਤੇ ਗੱਲ ਪੰਜਾਬ ਦੀ ਕਰਦਾ ਹੋਇਆ, ਤੁਸੀਂ ਕਹੋਗੇ ਨਹੀਂ ਗੱਲ ਪੰਜਾਬ ਦੀ ਕਰਦਾ। ਜਿਹੜਾ ਬੰਦਾ ਪੰਜਾਬ ਨੂੰ ਤਬਾਹ ਕਰਨ 'ਤੇ ਲੱਗਿਆ ਤਾਂ ਕੋਈ ਬੰਦਾ ਉਹਦੇ ਸਾਹਮਣੇ ਬਚਾਉਣ ਵਾਲਾ ਵੀ ਖੜ ਜੂਗਾ, ਉਹਦੇ ਐਨਕਾਂ ਨੂੰ ਤਬਾਹ ਕਰਨ ਵਾਲੀਆਂ ਲੱਗੀਆਂ, ਤਾਂ ਉਹ ਤਾਂ ਇਹੀ ਕਹੋਗੇ ਯਾਰ ਤਬਾਹ ਕਰਨ ਹੀ ਆਇਆ। ਜਿਹੋ ਜਿਹੀ ਜਿਵੇਂ ਕਿਸੇ ਪਰਮਾਤਮਾ ਨੇ ਜਿਵੇਂ ਐਨਕ ਲਾ ਤੀ, ਕੋਈ ਸਾਧੂ ਸੀਗਾ ਅਤੇ ਉਹ ਹੁਣ ਗੱਲ ਇੱਥੇ ਚੱਲ ਹੀ ਪਈ ਤਾਂ ਗੱਲ ਆਪਾਂ ਨੂੰ ਕਰਨੀ ਵੀ ਪਊਗੀ। ਉਹ ਸਾਧੂ ਗਿਆ ਕਿਸੇ ਉਹ ਜਦੋਂ ਨੰਗੀਆਂ ਦੀ ਰਾਜੇ ਨੇ ਸੱਦਿਆ, ਅਤੇ ਉਹ ਰਾਜਾ ਨੂੰ ਕਹਿੰਦਾ ਉਰੇ ਆ ਸਾਧੂ, ਉਹ ਕਹਿੰਦਾ ਜੀ ਆਏ ਮਹਾਰਾਜ, ਤੁਹਾਡਾ ਹੁਕਮ ਹੋਇਆ ਸੀ ਕਿਵੇਂ ਪਿੱਛੇ ਹਟ ਸਕਦੇ ਹਾਂ। ਉਹ ਆਉਂਦਾ ਵੀ ਗੱਲ ਇਹ ਮੇਰੇ ਕੋਲ ਤੇਰੇ ਵਰਗੇ ਸਾਧੂ ਬਹੁਤ ਆਏ ਆ, ਕਹਿੰਦਾ ਜੇ ਤੂੰ ਵੀ ਇੱਥੇ ਨਹੀਂ ਤਾਂ ਬਹਿ ਜਾਏਗਾ ਤਾਂ ਨਹੀਂ ਤਾਂ ਜੇਲ੍ਹ 'ਚ ਜਾਏਗਾ ਜੇ ਸਾਡੇ ਤੂੰ ਸਵਾਲਾਂ ਜਵਾਬ ਦੇ, ਅਤੇ ਮੇਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ, 3-4 ਸਵਾਲ ਹੈਗੇ ਆ। ਉਹ ਕਹਿੰਦਾ ਰਾਜਨ ਰਾਜੇ ਨੂੰ ਵੀ ਜੇ ਤਾਂ ਰਾਜਨ ਤੁਹਾਡੇ ਅਸੀਂ ਸਵਾਲਾਂ ਦੇ ਜਵਾਬ ਦੇ ਤੇ ਤਾਂ ਠੀਕ ਆ, ਕੋਸ਼ਿਸ਼ ਕਰਦੇ ਹਾਂ, ਜੇ ਨਾ ਆਏ ਤਾਂ ਠੀਕ ਆ। ਉਹ ਕਹਿੰਦਾ ਠੀਕ ਆ। ਕਹਿੰਦਾ ਰੱਬ ਕਿੰਨੇ ਆ? ਕਹਿੰਦਾ ਵੀ ਸਾਰੇ ਅੱਡੋ ਅੱਡੋ। ਕਹਿੰਦੇ ਵੀ ਰੱਬ ਕਿੰਨੇ ਆ ਤੁਸੀਂ ਇਹ ਦੱਸੋ, ਜੇ ਹੈਗਾ ਤਾਂ ਹੈ ਦੱਸੋ ਕਿੱਥੇ ਆ ਰੱਬ। ਉਹ ਕਹਿੰਦਾ ਵੀ ਰੱਬ ਹੈ ਅਤੇ ਹੈ ਕਿੱਥੇ? ਉਹ ਕਹਿੰਦੇ ਠੀਕ ਆ ਜੀ। ਉਹ ਕਹਿੰਦੇ ਤੀਜਾ ਸਵਾਲ ਇਹ ਆ ਵੀ ਬੰਦਾ ਚੰਗਾ ਅਤੇ ਮਾੜੇ ਦਾ ਕਿਵੇਂ ਪਤਾ ਲੱਗੂਗਾ, ਇਹ ਤੁਸੀਂ ਦੱਸੋ। ਉਹ ਕਹਿੰਦੇ ਚਲੋ ਜੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ, ਸਵਾਲਾਂ ਜਵਾਬ ਦਿੱਤੇ ਗਏ। ਉਹ ਕਹਿੰਦਾ ਐਂ ਕਰੋ ਤੁਸੀਂ ਨਾ ਵੀ ਉਹਨੇ ਇਨਾਮ ਮੰਗਵਾ ਲਏ ਲਾਲ ਹੀਰੇ। ਉਹ ਕਹਿੰਦਾ ਚਲੋ ਐਂ ਕਰੋ ਰਾਜਨ ਜੀ ਮੇਰੇ ਤਾਂ ਕਿਸੇ ਕੰਮ ਦੇ ਨਹੀਂ, ਤੁਸੀਂ ਇਹਨਾਂ ਦੀ ਗਿਣਤੀ ਸ਼ੁਰੂ ਕਰੋ। ਉਹ ਕਹਿੰਦਾ 1-2-3। ਉਹ ਕਹਿੰਦਾ ਬਸ ਗਿਣਤੀ ਗਲਤ ਆ। ਉਹ ਕਹਿੰਦਾ ਉਹ ਫਿਰ ਸੋਚਿਆ, ਫਿਰ ਉਹ ਕਹਿੰਦਾ ਵੀ ਕਹਿੰਦਾ ਦੁਬਾਰਾ ਗਿਣੋ। ਕਹਿੰਦਾ 1-2 ਕਹਿੰਦਾ ਗਿਣਤੀ ਗਲਤ ਆ। ਫਿਰ ਉਹ ਕਹਿੰਦਾ 1-2 ਕਹਿੰਦਾ ਗਿਣਤੀ ਗਲਤ ਆ। ਕਹਿੰਦਾ ਗੱਲ ਸੁਣੋ ਬਾਬਾ, ਤੂੰ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਨਾ ਦੇ, ਤੂੰ ਮੈਨੂੰ ਮੈਂ ਰਾਜਾ ਹੋਵਾਂ ਇਸ ਸੂਬੇ ਦਾ ਅਤੇ ਤੂੰ ਮੈਨੂੰ ਕਹੀ ਜਾਂਦਾ ਗਿਣਤੀ ਗਲਤ ਆ। ਕਹਿੰਦਾ ਗਿਣਤੀ ਕਿਵੇਂ ਗਲਤ ਹੋ ਗਈ? ਕਹਿੰਦਾ ਉਲਟੀ ਗਿਣ ਨਾ ਤੂੰ। ਕਹਿੰਦਾ 4-3-4। ਕਹਿੰਦਾ ਐਂ ਕਿਵੇਂ ਗਿਣਤੀ 1 ਤੋਂ ਸ਼ੁਰੂ ਹੋਣੀ ਆ? ਉਹ ਕਹਿੰਦਾ ਬਸ ਫਿਰ ਰੱਬ 1 ਹੀ ਹੁੰਦਾ, 1 ਤੋਂ ਸ਼ੁਰੂ ਹੁੰਦੀ ਆ, 1 ਬਸ 1 ਹੀ ਆ ਪਰਮਾਤਮਾ। ਉਹ ਕਹਿੰਦਾ ਦੂਜੀ ਗੱਲ, ਰੱਬ ਹੈ ਅਤੇ ਹੈ ਕਿੱਥੇ? ਕਹਿੰਦਾ ਜਾ ਦੁੱਧ ਮੰਗਵਾ। ਉਹਨੇ ਦੁੱਧ ਮੰਗਵਾਇਆ, ਚੰਗਾ ਉੱਥੋਂ ਢਾਕ ਢਕਾ ਕੇ ਦੁੱਧ ਲਿਆਂਦਾ, ਅਤੇ ਉਹਨੇ ਉਸੇ ਸਾਧ ਨੇ ਮਤਲਬ ਹੱਥ ਮਾਰੇ, ਸਾਧੂ ਨੇ ਜਦੋਂ ਹੱਥ ਮਾਰਿਆ ਤਾਂ ਵਿੱਚੋਂ ਕੋਈ ਕੱਖ ਨਾ ਨਿਕਲਿਆ। ਉਹ ਆਉਂਦਾ ਵੀ ਆਹ ਵੇਖੋ ਰਾਜਾ ਸਾਹਿਬ ਤੁਸੀਂ ਹੱਥ ਮਾਰੋ। ਕਹਿੰਦਾ ਵਿੱਚ ਕੀ ਆ ਦੁੱਧ ਦੇ? ਕਹਿੰਦਾ ਉਹਨੇ ਵੀ ਹੱਥ ਮਾਰਿਆ, ਕੁਛ ਨਾ ਨਿਕਲਿਆ। ਕਹਿੰਦਾ ਦੁੱਧ ਦੇ ਵਿੱਚ ਕੁਛ ਵੀ ਨਹੀਂ? ਕਹਿੰਦਾ ਲਿਆ ਉਰੇ। ਫਿਰ ਉਹਨੇ ਹੱਥ ਮਾਰਿਆ, ਫਿਰ ਕਹਿੰਦਾ ਹੱਥ ਮਾਰੋ। ਫਿਰ ਉਹਨੇ ਹੱਥ ਮਾਰਿਆ, ਕਹਿੰਦਾ ਯਾਰ ਤੂੰ ਸਾਧੂ ਆ ਕਿ ਪਾਗਲ ਆ, ਤੈਨੂੰ ਪਤਾ ਨਹੀਂ ਲੱਗਦਾ? ਉਹ ਕਹਿੰਦਾ ਪਾਗਲ ਨਹੀਂ, ਪਾਗਲ ਦਾ ਮਤਲਬ ਹੁੰਦਾ ਗੱਲ ਪਾ ਗੱਲ। ਕਹਿੰਦਾ ਗੱਲ ਨੂੰ ਪਾ ਲੈਣਾ। ਕਹਿੰਦਾ ਰਾਜਨ ਜੀ ਇਸ ਦੁੱਧ ਦੇ ਵਿੱਚ ਮੱਖਣੀ ਆ,
ਇਸ ਦੁੱਧ ਦੇ ਵਿੱਚ ਦਹੀਂ ਆ, ਇਸ ਦੁੱਧ ਦੇ ਵਿੱਚ ਮਲਾਈ ਆ। ਕਹਿੰਦਾ ਐਂ ਕਿਵੇਂ? ਕਹਿੰਦਾ ਬੰਦਾ ਵੀ ਇਹੀ ਆ, ਪਰਮਾਤਮਾ ਪਾਉਣਾ ਹੋਵੇ ਤਾਂ ਉਹਨੂੰ ਪਾਇਆ ਜਾ ਸਕਦਾ, ਬੰਦੇ ਦੇ ਵਿੱਚ ਹੀ ਸਭ ਕੁਛ ਆ। ਇਸ ਕਰਕੇ ਬੰਦੇ ਦੇ ਵਿੱਚ ਹੀ ਹਰ ਚੀਜ਼ ਦੇ ਅੰਤਰ ਹੋ ਜਾਂਦੇ ਆ ਮਹਾਰਾਜ। ਗੋਪੀ ਨੂੰ ਬਾਬਾ ਬਣਨ ਦੀ ਵਾਲੇ ਪਾਸੇ ਤਾਂ ਨਹੀਂ ਜਾਣਾ ਹੈਗਾ, ਕਿਤੇ ਉਹ ਗੱਲਾਂ ਹੀ ਹੋਣ ਲੱਗ ਗਈਆਂ ਧਾਰਮਿਕ ਦੀਆਂ। ਨਹੀਂ ਨਹੀਂ, ਆਪਾਂ ਧਾਰਮਿਕ ਦੀ ਗੱਲ ਨਹੀਂ, ਕੋਈ ਗੱਲ ਨਹੀਂ, ਉਹ ਆਪਾਂ ਉਹਦੇ ਮਸਲੇ 'ਤੇ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦੇ। ਉਹ ਤਾਂ ਜੋ ਹੈ ਉਹ ਤਾਂ ਵੇਖੋ, ਗੱਲ ਇਸ ਤਰ੍ਹਾਂ, ਧੁੰਦ ਆ ਜਿਹੜੀ ਉਹ ਕੁਝ ਦਿਨ ਰਹਿੰਦੀ ਆ, ਬੱਦਲ ਉਹ ਕੁਝ ਦਿਨ ਰਹਿੰਦੇ ਆ, ਧੁੰਦ ਚਲੋ ਮਹੀਨਾ ਕੁ ਪੈ ਜਾਂਦੀ ਆ, ਆਖਰ ਨੂੰ ਸੂਰਜ ਨਿਕਲ ਆਉਂਦਾ, ਸੂਰਜ ਹੁੰਦਾ ਸੱਚ, ਅਤੇ ਸੱਚ ਨੇ ਹਮੇਸ਼ਾ ਨਿਕਲਣਾ ਹੀ ਹੁੰਦਾ। ਅਤੇ ਜੇ ਗੱਲ ਸਾਧੂ ਬਾਬਿਆਂ ਦੀ ਹੁੰਦੀ ਆ, ਬਾਬੇ ਕਦੇ ਵੀ ਪਾਲਟੀਆਂ ਦੇ ਪੱਖ ਨਹੀਂ ਪੂਰਦੇ ਹੁੰਦੇ, ਔਰ ਕਹੀ ਉਹਨਾਂ ਅੱਗੇ ਵੀਰ ਪੱਖ ਪੂਰਦੇ ਪਾਲਟੀਆਂ ਦੇ, ਪਾਲਟੀਆਂ ਦੇ ਕਦੇ ਪੱਖ ਨਹੀਂ ਪੂਰਨੇ ਚਾਹੀਦੇ। ਆਪਾਂ ਕੋਈ ਬਾਬੇ ਨਹੀਂ, ਆਪਾਂ ਤਾਂ ਪਰਮਾਤਮਾ ਨੂੰ ਜਿਹੜਾ ਕਹਿ ਲਓ, ਹਰ ਇੱਕ ਬੰਦਾ ਪਰਮਾਤਮਾ ਦਾ ਭੇਜਿਆ ਹੋਇਆ, ਅਤੇ ਉਹ ਬਾਅਦ ਚੱਕਰ ਆ ਵੀ ਹਰ ਇੱਕ ਨੂੰ ਕਿਸੇ ਨਾ ਕਿਸੇ ਕੰਮ ਭੇਜਿਆ, ਉਹ ਪਰਮਾਤਮਾ ਨੂੰ ਜਪ ਕੇ ਆਪਦਾ ਚੰਗੇ ਕੰਮ ਵੱਲ ਧਿਆਨ ਲਾਵੇ ਤਾਂ ਸਭ ਕੁਝ ਹੀ ਚੰਗਾ। ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਪੰਜਾਬ ਵਿੱਚ ਇਹ ਆ, ਪੰਜਾਬ ਵਿੱਚ ਉਹ ਆ, ਅਤੇ ਪੰਜਾਬ ਨੂੰ ਆਤੰਕਵਾਦੀ ਸਟੇਟ ਹੀ ਦੱਸਣ, ਮੇਰੇ ਹਿਸਾਬ ਨਾਲ ਤਾਂ ਹੋਣ ਵਾਲਾ ਕੰਮ ਹੋਇਆ ਪਿਆ। ਕਾਪੇ ਤਲਵਾਰਾਂ ਸ਼ਰੇਆਮ ਜਿਹੜੀ ਇਹ ਗੁੰਡਾਗਰਦੀ, ਸਰਕਾਰ ਨੂੰ ਨੱਥ ਪਾ ਲੈਣੀ ਚਾਹੀਦੀ ਆ, ਪਿੰਡਾਂ ਦੇ ਸਰਪੰਚਾਂ ਨੂੰ ਨੱਥ ਪਾ ਲੈਣੀ ਚਾਹੀਦੀ ਆ ਪਿੰਡਾਂ 'ਤੇ, ਤਾਂ ਕਿ ਸਾਡਾ ਪੰਜਾਬ ਬਚ ਜਾਵੇ, ਪੰਜਾਬ ਸਾਡਾ ਬਦਨਾਮ ਨਾ ਹੋਵੇ। ਹੁਣ ਇਸ ਟਾਈਮ ਸਾਰਾ ਬਦਨਾਮ ਪੰਜਾਬ ਚੱਲ ਰਿਹਾ, ਅਤੇ ਪੰਜਾਬ ਦੇ ਜਿਹੜੇ ਕਹਿ ਲਓ ਹਾਲਾਤ ਆ, ਉਹ ਸਾਰੇ ਦੇ ਸਾਰੇ ਵਿਗੜ ਰਹੇ ਆ, ਅਤੇ ਪੰਜਾਬ ਨੇ ਕਿੱਥੇ ਬਚਣਾ ਜੀ? ਜਿਮਨੀ ਚੋਣਾਂ ਆ ਰਹੀਆਂ, ਵਿਸ਼ਵ ਦੀ ਫਿਰ ਤਿਆਰੀ ਕਰਦਾ ਫਿਰ MLA ਵਾਲੀ? ਤਿਆਰੀ ਪੂਰੀ ਕਰਾਂਗੇ ਮਹਾਰਾਜ, ਲੜਾਂਗੇ ਵੀ ਮਹਾਰਾਜ ਨੇ ਚਾਹਿਆ ਤਾਂ। ਅਤੇ ਪਰ ਚੱਕਰ ਇਹ ਵੇਖੋ, ਜੇ ਸਾਥ ਮਿਲਿਆ ਕੋਈ ਸੱਜਣਾ ਦਾ, ਕਿਉਂਕਿ ਮੇਰੇ ਤੋਂ ਰਹਿ ਗਈ 45-46 ਕਿਲੋਮੀਟਰ ਗਿੱਦੜਵਾਹ, ਅਤੇ ਉਹ ਘੁੰਮਣਾ ਸਾਰਾ ਹਲਕਾ। ਗਿੱਦੜਵਾਹ ਡਿਸਾਈਡ ਕਰ ਲਿਆ ਹੈ? ਗਿੱਦੜ ਵਧੀਆ ਹਲਕਾ, ਹਲਕਾ ਕਿਹੜਾ ਮਾੜਾ, ਨਾਲੇ ਨੇੜੇ ਰਹਿ ਗਿਆ ਮੈਨੂੰ। ਗੱਲ ਤਾਂ ਲੋਕਾਂ ਦੇ ਹਾਲਾਤ ਆ, ਜਿਹੜੇ ਇਕੱਲੇ ਪੰਜਾਬ ਦੇ ਨਹੀਂ ਹਾਲਾਤ, ਇਹ ਸਾਰੇ ਦੇਸ਼ਾਂ ਦੇ ਹਾਲਾਤ। ਉੱਥੋਂ 3 ਵਾਰੀ MLA ਬਣ ਗਿਆ, ਕਹਿੰਦੇ ਗੜ ਆ ਉਹਦਾ। ਮਹਾਰਾਜ, ਗੜ ਦੀ ਕਿੱਡੀ ਗੱਲ, ਗੜ ਦੀ ਕੋਈ ਦਿੱਕਤ ਨਹੀਂ ਹੁੰਦੀ। ਆਪਾਂ ਉਹ ਆਪਦੀ ਬੋਲਬਾਣੀ ਬੋਲਣਗੇ, ਅਸੀਂ ਆਪਦੀ ਬੋਲਬਾਣੀ ਬੋਲਣੀ ਆ, ਅਸੀਂ ਵਿਚਾਰਾਂ ਦੀ ਗੱਲ ਕਰਨੀ, ਉਹਨਾਂ ਨੇ ਕਿਸੇ ਪਾਰਟੀ ਦੀ ਗੱਲ ਕਰਨੀ ਆ। ਅਸੀਂ ਇਹ ਕਹਿਣਾ ਕਿ ਭਾਈ ਫਰੀ ਦੀਆਂ ਸਹੂਲਤਾਂ ਨੂੰ ਤਿਆਗੋ, ਉਹਨਾਂ ਨੇ ਇਹ ਕਹਿਣਾ ਤੈਰਾਕੀਆਂ ਪਵਾਵਾਂਗੇ ਤੁਹਾਡੇ ਬੱਚਿਆਂ ਦੇ, ਉਹਨਾਂ ਨੇ ਕਹਿਣਾ ਸਕੂਟਰੀ ਦੇਵਾਂਗੇ, ਅਸੀਂ ਇਹ ਕਹਿਣਾ ਵੀ ਤੁਹਾਡੀ ਧੀ ਭੈਣ ਪੜ੍ਹੀ ਲਿਖੀ ਆ, ਉਹਨੂੰ 51,000 ਦੀ ਸਗਨ ਸਕੀਮ ਨਾ ਦਿਓ, ਉਹਨੂੰ 21,000 ਦੀ ਨੌਕਰੀ ਦਿਓ, ਉਹਨਾਂ ਨੇ ਇਹ ਕਹਿਣਾ ਵੀ ਸਾਡੀ ਸਰਕਾਰ ਬਣ ਗਈ, ਤੁਹਾਨੂੰ 70,000 ਦੇਵਾਂਗੇ। ਲੋਕ ਵੀ ਇਹ ਚੀਜ਼ਾਂ ਪਸੰਦ ਕਰਦੇ ਆ ਨਾ ਬਾਈ, ਅਤੇ ਬਾਈ ਇਹ ਦੇਖੋ ਨਾ ਤੁਸੀਂ, ਇਹ ਚੀਜ਼ਾਂ ਪਸੰਦ ਕਰਦੇ ਆ, ਕਿੰਨਾ ਕੁ ਚਿਰ ਪਸੰਦ ਕਰਨਗੇ ਜੀ? ਸਭ ਤੋਂ ਵੱਡੀ ਗੱਲ ਇਹ ਆ ਵੀ ਕਿੰਨਾ ਕੁ ਚਿਰ ਪਸੰਦ ਕਰੀ ਜਾਣਗੇ, ਆਖਰ ਨੂੰ ਖੂਹ ਕਾਲੀ ਹੋਣਾ। ਇੱਕ ਗਾਣਾ ਆਇਆ ਸੀ, ਕਹਿੰਦਾ ਤੋਤਾ ਪਿੰਜਰੇ 'ਚੋਂ ਇੱਕ ਦਿਨ ਉੱਡ ਪੁੱਡ ਜਾਣਾ। ਜੇ ਇਸ ਜ਼ਿੰਦਗੀ ਦੇ ਵਿੱਚੋਂ ਇਹ ਤੋਤਾ ਉੱਡ ਜਾਣਾ ਨਾ, ਤੋਤਾ ਆਪਣੀ ਆਤਮਾ ਜੇ ਉਹ ਉੱਡ ਜਾਣੀ ਆ, ਅਤੇ ਇਹਨਾਂ ਦੇ ਵਿੱਚੋਂ ਫਰੀ ਦੀਆਂ ਸਹੂਲਤਾਂ ਵੀ ਉੱਡ ਜਾਣੀਆਂ। ਪਰ ਲੋਕਾਂ ਨੂੰ ਸਮਝਣਾ ਚਾਹੀਦਾ, ਲੋਕ ਸਮਝਣਗੇ। ਮੈਂ ਅੱਜ ਕਹਿੰਦਾ ਕਿ ਲੋਕ ਮੇਰਾ ਸਾਥ ਦੇਣ, ਮੰਨ ਲਓ ਕੋਈ ਸੱਜਣ ਜਿਹੜੇ ਕੋਈ ਹੋਰਾਂ ਦਾ ਸਾਥ ਦਿੰਦੇ ਆ, ਮੈਨੂੰ ਗੱਡੀਆਂ ਤੇਲ ਪਵਾ ਕੇ ਦੇਣ, ਮੈਂ ਘੁੰਮਦਾ ਲੋਕਾਂ ਦੇ ਵਿੱਚ। ਅੱਜ ਮੰਨ ਲਓ ਮੇਰੇ ਕੋਲ ਹੁੰਦੀ ਕੋਈ 10-20 ਕਿੱਲੇ ਪੈਲੀ ਦੇ, ਅਤੇ ਕੋਈ ਮੈਂ ਲੈ ਕੇ ਉਹਨਾਂ 'ਤੇ ਲੋਨ ਲਾਉਣ 'ਤੇ ਮੈਂ ਅੱਜ ਘੁੰਮ ਲੈਂਦਾ ਉਹਨਾਂ ਦੇ ਵਿੱਚ, ਅਤੇ ਲੋਕਾਂ ਨੂੰ ਗੱਲ ਕਰਦਾ। ਜਿੱਥੇ ਵੀ ਬਾਈ ਮੈਂ ਪਿੰਡਾਂ 'ਚ ਪ੍ਰਚਾਰ ਕਰਨ ਗਿਆ, ਜਿੰਨੇ ਲੋਕ ਇਕੱਠੇ ਹੋਏ ਆ, ਉਹਨਾਂ ਵਿੱਚੋਂ ਉਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਮੈਨੂੰ ਜ਼ਰੂਰ ਪਈਆਂ, ਕਿਉਂਕਿ ਉਹਦੇ ਉਹਨਾਂ ਨੂੰ ਇਹੀ ਗੱਲ ਕਹਿੰਦਾ ਨਾ, ਤੁਹਾਡੇ ਬੱਚੇ ਨੂੰ 40,000 ਦੀ ਨੌਕਰੀ ਚਾਹੀਦੀ ਆ, 4,000 ਬਿਜਲੀ ਬਿੱਲ ਭਰੂਗਾ, 6,000 ਦਾ ਆਟਾ ਰਾਸ਼ਨ ਦਾਲ ਲਿਆਊਗਾ। ਤੁਸੀਂ ਰੁਜ਼ਗਾਰ ਮੰਗੋ ਆਪਦੇ ਬੱਚਿਆਂ ਵਾਸਤੇ, ਤੁਸੀਂ ਫਰੀ ਦੀਆਂ ਸਹੂਲਤਾਂ ਕਿਉਂ ਮੰਗਦੇ ਆ? ਕਿਉਂਕਿ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਦਿਹਾੜੀਆਂ ਕਰਦੇ, ਅਤੇ ਉਹਨਾਂ ਦੀ ਇਹ ਗੱਲ ਦਿਮਾਗ 'ਚ ਜਾਂਦੀ ਆ। ਬਿਲਕੁਲ, ਇੱਕ ਆਪਾਂ ਲੱਖੇ ਸਿਧਾਂਤ 'ਤੇ ਕੋਈ ਫੋਨ ਆਇਆ, ਉਹ ਤੋਂ ਬਾਅਦ ਲੱਖੇ ਸਿਧਾਂਤ ਨਾਲ ਵੀ ਗੱਲਬਾਤ ਹੋਈ? ਨਹੀਂ, ਮੈਂ ਉਹ ਗੱਲ ਕੀਤੀ ਸੀ, ਮੈਂ ਕਿਹਾ ਭਾਈ ਸਾਹਿਬ ਵੀ ਇਸ ਤਰ੍ਹਾਂ ਗੱਲ, ਉਹ ਕਹਿੰਦਾ ਯਾਰ ਵੀ ਪਹਿਲਾਂ ਪਤਾ ਕਰ ਲੈਣਾ ਚਾਹੀਦਾ ਨਾ, ਫਿਰ ਗੱਲ ਹੁੰਦੀ ਆ, ਕਿਸੇ ਦੇ ਮਗਰ ਨਹੀਂ। ਮੈਂ ਕਿਹਾ ਮਗਰ ਮੈਂ ਕਿਸੇ ਦੇ ਨਹੀਂ ਲੱਗਿਆ, ਮੈਨੂੰ ਇਹ ਦੁੱਖ ਸੀ। ਕਹਿੰਦਾ ਘਰੋਂ ਪਤਾ ਕਰ ਲੈਂਦਾ, ਮੈਂ ਕਿਹਾ ਮੈਂ ਬਾਈ ਹੁਣ ਫੋਨ ਕਿ ਚੱਕੇ ਆ, ਉਹ ਕਹਿੰਦਾ ਮੈਂ ਹੁਣ ਵੀ ਆਹ ਫਲਾਣੇ ਬੰਦਿਆਂ ਦੇ ਵੀ ਤੈਨੂੰ ਫੋਨ ਆ ਗਏ ਹੋਣੇ ਆ, ਕਹਿੰਦਾ ਵੀ ਐਵੇਂ ਉਹ ਕਰਨ ਦਾ। ਜੇਲ੍ਹ 'ਚੋਂ ਬਾਹਰ ਆਏ ਨਾਲ ਦੀ ਨਾਲ ਹੀ ਇੰਟਰਵਿਊ ਸੀਗੀ,
ਇੰਟਰਵਿਊ ਵਾਲੇ ਭਰਾ ਜੀ ਤੁਹਾਡੇ ਅੱਗੇ ਭਰਾ ਖੜ੍ਹੇ ਹੁੰਦੇ ਆ, ਕੋਈ ਗੱਲ ਨਹੀਂ, ਦੋ ਤਿੰਨ ਦਿਨ ਤਾਂ ਫਿਰ ਆਪਾਂ ਫੋਨ ਵੀ ਨਹੀਂ ਚੱਕੇ, ਅਤੇ ਹਾਲੇ ਵੀ ਜਿਹੜਾ ਯਾਦ ਰੱਖੋ ਗੱਲ ਵੀ, ਇੱਕ ਵਾਰੀ ਤਾਂ ਮੈਂ ਦਵਾਈਆਂ ਬੂਟੀਆਂ ਹੀ ਲੈ ਰਿਹਾ ਕਿਉਂਕਿ ਰੋਟੀ ਉੱਥੋਂ ਦਾ ਖਾਣਾ ਬਹੁਤ ਮਾੜਾ, ਹੁਣ ਮੇਰੇ ਢਿੱਡ ਦੇ ਵਿੱਚ ਸੋਜ ਹੀ ਰਹਿੰਦੀ ਆ, ਹੁਣ ਮਜ਼ਾਕ 'ਚ ਕੋਈ ਲੈ ਲੂਗਾ ਕੋਈ। ਵਿਸ਼ਵਦੀਪ ਨੂੰ ਮੈਂ ਇਹ ਕਹਿ ਦਈਏ ਕਿਤੇ ਵਿਸ਼ਵਦੀਪ ਫੇਰ ਨਾ ਕਹੇ ਸਾਡੀ ਵੀਡੀਓ ਤੋੜ ਮੋੜ ਕੇ ਪੇਸ਼ ਕਰਤੀ ਕਿਤੇ, ਨਹੀਂ ਮੈਂ ਤੋੜ ਮਰੋੜ ਕੇ ਤਾਂ ਨਹੀਂ ਕਹਿ ਰਿਹਾ ਵੀ ਤੋੜ ਮਰੋੜ ਕੇ ਪੇਸ਼ ਕਰਦੀ, ਉਹ ਇੱਕ ਇੰਟਰੋ ਟੂਨ ਬਣ ਗਈ ਜਿਵੇਂ, ਉਹ ਅਗਲੇ ਨੇ ਸੋਚਣਾ ਕਈ ਕੱਟ ਦਿੰਦੇ ਇੰਟਰੋ ਟੂਨ ਕੱਟ ਕੇ ਉਹੀ ਪਾ ਦੇਣੀ ਆ, ਜਦੋਂ ਗੱਲ ਪੂਰੀ ਸੁਣੀ। ਹੁਣ ਇੱਕ ਉਹਦੀ ਵੀ ਇੰਟਰਵਿਊ ਸੀਗੀ ਪੱਤਰੇ ਵਾਹ ਜਾਂਗੇ, ਉਹ ਵੀ ਕੱਟ ਕੇ ਕਿਸੇ ਨੇ ਪਾਈ ਸੀ, ਅਤੇ ਗੱਲ ਤਾਂ ਪੂਰੀ ਨਹੀਂ ਨਾ ਕਿਸੇ ਨੇ ਚਲਾਈ, ਇਹ ਗੱਲਾਂ ਕਈ ਆ ਜਾਂਦੀਆਂ। ਬਾਕੀ ਬਈ ਜਿਹੜੇ ਆਪਣਾ ਮੇਨ ਮਕਸਦ ਆ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਅਤੇ ਪੰਜਾਬ ਦੇ ਲੋਕਾਂ ਵਾਸਤੇ ਲੜਦੇ ਫਿਰਦੇ ਹਾਂ, ਅਤੇ ਬਾਕੀ ਪਰਮਾਤਮਾ ਭਲੀਆਂ ਕਰੇ, ਆਪਣਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਬਾਈ। ਸੋ ਗੱਲਬਾਤ ਕੀਤੀ ਹੈ ਵਿਸ਼ਵ ਦੀ ਫਾਜ਼ਿਲਕਾ ਦੇ ਨਾਲ, ਤਾਂ ਜੁੜੇ ਰਹੋ ਸੱਚ ਬਾਈ ਨਾਲ। ਧੰਨਵਾਦ।